हां जी डियर स्टूडेंट्स ਅਸੀਂ ਕਰ ਰਹੇ ਹਾਂ ਸੰਤ ਸਿੰਘ ਸੇਖੋਂ ਦਾ ਜੀਵਨ ਤੁਹਾਡੇ ਕਹਾਣੀ ਸੰਗ੍ਰਹਿ ਜਿਹੜਾ ਦੋ ਰੰਗ ਹੈਗਾ ਬੀਏ ਬੀਕੋਮ ਬੀਐਸਸੀ ਪਾਰਟ 1 ਲਈ ਲੱਗੀ ਹੋਈ ਪੁਸਤਕ ਆ ਉਹਦੇ ਵਿੱਚ ਸੰਤ ਸਿੰਘ ਸੇਖੋਂ ਦੀ ਕਹਾਣੀ ਹੈਗੀ ਪੇਮੀ ਦੇ ਨਿਆਣੇ ਪੇਮੀ ਦੇ ਨਿਆਣੇ ਕਹਾਣੀ ਦੇ ਲੇਖਕ ਸੰਤ ਸਿੰਘ ਸੇਖੋਂ ਬਾਰੇ ਆਪਾਂ ਜਾਣਕਾਰੀ ਦੇਣੀ ਆ 10 ਨੰਬਰ ਦੇ ਅਨਸਾਰ ਕਿ ਸੰਤ ਸਿੰਘ ਸੇਖੋਂ ਦਾ ਜੀਵਨ ਉਹਨਾਂ ਦੀ ਰਚਨਾਵਾਂ ਉਹਨਾਂ ਦੇ ਮਾਨ ਸਨਮਾਨ ਉਨਾਂ ਦਾ ਸਾਹਿਤਿਕ ਜੀਵਨ, ਉਹਨਾਂ ਦਾ ਪਰਿਵਾਰਕ ਜੀਵਨ ਉਹਦੇ ਬਾਰੇ ਜਾਣਕਾਰੀ ਦਵਾਂਗੇ ਔਰ ਲਗਭਗ ਤੁਹਾਡਾ ਇਹ ਇਗਜ਼ਾਮ ਦੇ ਵਿੱਚ 4 ਪੰਨਿਆਂ ਦਾ ਪ੍ਰਸ਼ਨ ਜਿਹੜਾ ਆ ਉਹ ਤਿਆਰ ਹੋਣਾ ਚਾਹੀਦਾ। ਕੁਝ ਮੈਂ ਤੁਹਾਨੂੰ ਇਹਦੇ ਤੋਂ ਦੱਸ ਰਹੀਆਂ, ਕੁਝ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੁਝ ਮਟੀਰੀਅਲ ਜਿਹੜਾ ਹੋਰ ਅਵੇਲੇਬਲ ਹੈ ਅਸੀਂ ਉਹਦੇ ਚ ਇਹਦੇ ਚ ਸ਼ਾਮਿਲ ਕਰ ਸਕਦੇ ਆ। ਕਿਸਨ ਸਿੰਘ ਸੇਖੋਂ ਦਾ ਜਨਮ 30 ਮਈ 1900 ਅ ਅੱਠ ਦੇ ਵਿੱਚ ਹੋਇਆ। ਤੇ ਉਹਨਾਂ ਦੀ ਮੌਤ 7 ਅਕਤੂਬਰ 1997 ਦੇ ਵਿੱਚ ਹੋਈ ਪੰਜਾਬੀ ਦੇ ਇੱਕ ਨਾਟਕਕਾਰ, ਗਲਪਲੇਖਕ ਅਤੇ ਖੋਜੀ ਲੋਚਕ ਸਨ ਗਲਪਲੇਖਕ ਦਾ ਮਤਲਬ ਕਿ ਉਹ ਨਾਵਲ ਵੀ ਲਿਖਦੇ ਸੀ ਤੇ ਕਹਾਣੀਆਂ ਵੀ ਲਿਖਦੇ ਸੀ ਤੇ ਨਾਟਕਕਾਰ ਵੀ ਸਨ ਤੇ ਖੋਜੀ ਲੋਚਕ ਮਤਲਬ ਉਹਨਾਂ ਨੇ ਬਹੁਤ ਸਾਰੀ ਰਿਸਰਚ ਜਿਹੜੀ ਆ ਪੰਜਾਬੀ ਦੇ ਵਿੱਚ ਖੋਜ ਉਹ ਕੀਤੀ ਉਹਨਾਂ ਨੂੰ 1972 ਵਿੱਚ ਨਾਟਕ ਮਿੱਤਰ ਪਿਆਰਾ ਲਈ ਸਾਹਿਤਕ ਆਦਮੀ ਪੁਰਸਕਾਰ ਮਿਲਿਆ ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦਾ ਸਨਮਾਨ ਵੀ ਮਿਲਿਆ ਤਾਂ ਤੁਸੀਂ ਤਸਵੀਰ ਦੇ ਸਕਦੇ ਹੋ ਸੰਤ ਸਿੰਘ ਸੇਖ ਹੋਰਾਂ ਦੇ ਬਹੁਤ ਜਿਹੜੇ ਅਰਲੀ ਦਿਨਾਂ ਦੀ ਹੈਗੀ ਆ ਜਦੋਂ ਉਹਨੇ ਸਾਹਿਤਿਕ ਖੇਤਰ 'ਚ ਪ੍ਰਵੇਸ਼ ਕੀਤਾ ਉਹਨਾਂ ਦਾ ਜਿਹੜਾ ਬੁਢਲੀ ਜ਼ਿੰਦਗੀ ਜੇ ਆਪਾਂ ਦੇਖੀਏ ਤਾਂ ਸੇਖੋਂ ਜਿਹੜੇ ਸੀਗੇ ਉਹ ਹੁਕਮ ਸਿੰਘ ਦੇ ਘਰ ਉਹਨਾਂ ਦਾ ਜਨਮ ਹੋਇਆ ਚੱਕ ਨੰਬਰ 70 ਫੈਸਲਾਬਾਦ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ 'ਚ ਹਾਈ ਸਕੂਲ ਬੀਰ ਖਾਲਸਾ ਹਾਈ ਸਕੂਲ ਤੋਂ 10ਵੀਂ ਪਾਸ ਕੀਤੀ ਉਚੇਰੀ ਸਿੱਖਿਆ ਐਫਸੀ ਕਾਲਜ ਲਾਹੌਰ ਤੋਂ ਲਈਤੀ ਫਿਰ ਅੰਗਰੇਜ਼ੀ ਅਤੇ ਅਰਥ ਵਿਗਿਆਨ ਵਿਸ਼ਿਆਂ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਵਿਦਿਆਰਥੀ ਜੀਵਨ ਵਿੱਚ ਹੀ ਉਹਨਾਂ ਦਾ ਵਿਆਹ 1928 ਵਿੱਚ ਬੀਬੀ ਗੁਰਚਰਨ ਕੌਰ ਨਾਲ ਹੋਇਆ ਤੇ ਉਹਨਾਂ ਦੇ ਘਰ ਚਾਰ ਲੜਕੇ ਤੇ ਲੜਕੀਆਂ ਤੇ ਇੱਕ ਲੜਕੇ ਨੇ ਜਨਮ ਲਿਆ ਸੇਖੋਂ ਨੇ 1931 ਤੋਂ 51 ਤੱਕ 20 ਸਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੰਗਰੇਜ਼ੀ ਦੇ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਇਸੇ ਦੌਰਾਨ 1937 ਤੋਂ 1940 ਤੱਕ ਉਹਨਾਂ ਨੇ ਇੱਕ ਮੈਗਜ਼ੀਨ ਅੰਗਰੇਜ਼ੀ ਦਾ ਕੱਢਿਆ ਨਾਰਦਰਨ ਰਿਵਿਊ 1953 ਤੋਂ 1961 ਤੱਕ ਉਹ ਗੁਰੂ ਗੋਵਿੰਦ ਖਾਲਸਾ ਕਾਲਜ ਗੁਰੂ ਸਰ ਲੁਧਿਆਣਾ ਸੁਧਾਰ ਲੁਧਿਆਣਾ ਵਿਖੇ ਅੰਗਰੇਜ਼ੀ ਦੇ ਲੈਕਚਰਰ ਰਹੇ ਤੇ ਪਿਛਲੇ ਆ ਜੀਵਨ ਦਾ ਕੋਈ ਸਮਾਂ ਉਹਨਾਂ ਨੇ ਪ੍ਰਿੰਸੀਪਲਸ਼ਿਪ ਵੀ ਕੀਤੀ ਸਾਹਿਤਿਕ ਜੀਵਨ ਜੇ ਆਪਾਂ ਦੇਖੀਏ ਸੇਖੋਂ ਸਾਹਬ ਦਾ ਤਾਂ ਉਹਨਾਂ ਨੇ ਲਿਖਣ ਦੀ ਸ਼ੁਰੂਆਤ ਅੰਗਰੇਜ਼ੀ ਭਾਸ਼ਾ ਤੋਂ ਕੀਤੀ ਸੀ ਫਿਰ ਪ੍ਰਿੰਸੀਪਲ ਤੇਜਾ ਸਿੰਘ ਜੋ ਪੰਜਾਬੀ ਦੇ ਉੱਗੇ ਲੇਖਕ ਸੀਗੇ ਉਹਨਾਂ ਦੀ ਪ੍ਰੇਰਣਾ ਦੀਨ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਉਹਨਾਂ ਦੀਆਂ ਸਾਹਿਤਿਕ ਕਿਰਤਾਂ ਦੇ ਵਿੱਚ ਨਾਟਕ ਕਾਂਗੀ ਕਹਾਣੀਆਂ ਨਾਵਲ ਕਵਿਤਾ ਨਿਬੰਧ ਅਲੋਚਨਾ ਸਵੈ ਜੀਵਨੀ ਅਨੁਵਾਦ ਸ਼ਾਮਲਿਆ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੀਆਂ ਪਾਠ ਪੁਸਤਕਾਂ 'ਚ ਉਹਨਾਂ ਦੇ ਰਚਨਾਵਾਂ ਪੜਾਈਆਂ ਜਾਂਦੀਆਂ ਨੇ ਇਸ ਸਧਾਰਨ ਮਨੁੱਖ ਦੇ ਜਿਹੜੇ ਸਧਾਰਨਤਾ ਉਹਨਾਂ ਦੇ ਵਿਸ਼ੇ ਆ ਭੇਮੀ ਦੇ ਨਿਆਣੇ ਕਹਾਣੀਆਂ ਇੱਕ ਜੋਦੇ ਦਾ ਚਲਾਣਾ ਮੋੜ ਵਿਦਵਾ ਮੀ ਜਾਵੇ ਹਨੇਰੀ ਜਾਵੇ ਵਰਗੀਆਂ ਅਨੇਕਾਂ ਕਹਾਣੀ ਰਚਨਾਵਾਂ ਪੰਜਾਬੀ ਸਾਹਿਤ ਨੂੰ ਡੰਨੇ ਦਿੱਤੀਆਂ ਉਹਨਾਂ ਦਾ ਨਾਵਲ ਲਹੂ ਤੇ ਮਿੱਟੀ ਬਿਲਕੁਲ ਹੇਠਲੀ ਮਿਡਲ ਕਲਾਸ ਦਾ ਦੀ ਸਮੱਸਿਆ ਨਾਲ ਜੁੜਿਆ ਆ ਪੰਜਾਬੀ ਕਿਸਾਨੀ ਪਰਿਵਾਰ ਦੇ ਸੰਘਰਸ਼ ਦਾ ਦਸਤਾਵੇਜ਼ ਆ ਸੇਖੋਂ ਦੇ ਨਾਟਕ ਨਾਵਲ ਤੇ ਕਹਾਣੀਆਂ ਇਹ ਗੱਲ ਨੂੰ ਪੱਕਾ ਕਰਦੇ ਆ ਕਿ ਜਿਹੜਾ ਆ ਸਧਾਰਨ ਜੀਵਨ ਆ ਉਹਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਬਹੁਤ پیچیدہ ਨੇ ਮਹਾਰਾਜਾ ਰਣਜੀਤ ਸਿੰਘ ਬੰਦਾ ਬਹਾਦਰ ਕਾਲ ਮਾਰਕਸ ਅਬਰਾਹਿਮ ਲਿੰਕਨ ਇਹਨਾਂ ਪੁਰਖਿਆਂ ਦਾ ਸੁਪਨਮਈ ਸਰੂਪ ਸੰਪਾਵ ਇਹਨਾਂ ਦੇ ਉੱਪਰ ਇਹਨਾਂ ਦਾ ਪ੍ਰਭਾਵ ਪਿਆ ਉਸਦੇ ਸੋਚ ਪੱਛਮੀ ਸੀ ਉਧਾਰ ਸੀ ਮਤਲਬ ਸੇਖੋ ਸਾਬ ਜਿਹੜੇ ਸੋਚ ਸੀ ਉਹ ਵੈਸਟ ਲਿਟਰੇਚਰ ਜਿਹੜਾ ਸਾਡਾ ਪੱਛਮੀ ਸਾਹਿਤ ਆ ਉਸ ਤੋਂ ਪ੍ਰਭਾਵਿਤ ਸੀ ਇੰਗਲੈਂਡ ਅਮਰੀਕਾ ਸਾਹਿਤਿਕ ਸੰਸਥਾਵਾਂ ਦੇ ਨਾਲ ਨੂੰ ਸੱਦਿਆ ਤੇ ਇਹ ਜਾਂਦੇ ਰਹੇ ਉੱਥੇ ਤੇ ਬਹੁਤ ਸਾਰੇ ਇਹਨਾਂ ਨੇ ਉੱਥੋਂ ਦੇ ਪ੍ਰਭਾਵ ਜਿਹੜੇ ਉਹ ਗ੍ਰੈਂਡ ਕੀਤੇ 1958 ਚ ਐਫਰੋ ਏਸ਼ੀਅਲ ਰਾਈਟਰਸ ਵੱਲੋਂ ਸੋਵੀਅਤ ਯੂਨੀਅਨ ਵੀ ਗਏ ਤੇ ਨਿੱਕੀ ਕਹਾਣੀ ਜਿਹੜੀ ਅਸੀਂ ਤੁਹਾਡੇ ਸਿਲੇਬਸ ਜਿਹੜੀਆਂ ਸ਼ਾਮਲ ਨੇ ਜੇ ਅਸੀਂ ਉਹਦੀ ਗੱਲ ਕਰੀਏ ਤਾਂ ਸੰਤ ਸਿੰਘ ਸੇਖੋਂ ਨਿੱਕੀ ਕਹਾਣੀ ਲਿਖਣ ਦੇ ਮਾਹਿਰ ਸਨ ਉਹਨਾਂ ਨੇ ਜਿਹੜੀਆਂ ਮਨੋਕ ਦੀਆਂ ਵਿਅਕਤੀਗਤ ਸਮੱਸਿਆਵਾਂ ਨੂੰ ਕਹਾਣੀਆਂ ਚ ਲਿਆਂਦਾ ਤੇ ਛੋਟੀ ਕਹਾਣੀ ਜਿਹੜੀ ਆ ਉਹ ਪੜਨ ਚ ਸੌਖੀ ਆ ਸਮਾਂ ਘੱਟ ਲੱਗਦਾ ਆ ਤੇ ਇਹ ਘੱਟ ਵੇਲ ਜਿੰਨਾ ਲੋਕਾਂ ਕੋਲ ਆ ਉਹ ਕਹਾਣੀ ਪੜ੍ਹਦੀ ਪਸੰਦ ਕਰਦੇ ਆ ਤੇ ਜ਼ਿਆਦਾ ਵੇਲ ਲੋਕ ਨਾਵਲ ਪੜ੍ਹਨਾ ਪਸੰਦ ਕਰਦੇ ਆ ਉਨ੍ਹਾਂ ਦੀਆਂ ਕਹਾਣੀਆਂ ਜੋ ਕੇ ਸਮੇਂ ਜਾਂ ਮਸ਼ੀਨੀ ਪੂੰਜੀਵਾਦੀ ਜੋਗ ਵਿੱਚ ਆਰਥਿਕ ਖੇਤਰ ਵਿੱਚ ਕੰਮ ਦੀ ਲੋੜ ਇਨੀ ਵਧ ਗਈ ਹੈ ਕਿਸੇ ਆਧਾਰਨ ਵਿਅਕਤੀ ਕੋਲ ਸਾਹਿਤ ਦਾ ਪੁਰਾਣਾ ਪ੍ਰਮਾਣਿਕ ਰੂਪ ਮਹਾਕਾਵ ਪੜਨ ਦੀ ਬੇਲ ਲਈ ਤਾਂ ਨਿੱਕੀ ਕਹਾਣੀ ਪੜਨ ਦੇ ਨਾਲ ਜੋ ਸਕੂਨ ਆਮ ਮਨੁੱਖ ਨੂੰ ਮਿਲਦਾ ਹੈ ਉਹ ਸੇਖ ਸੰਸਿਖੇਖੋ ਦੀਆਂ ਕਹਾਣੀਆਂ ਤੋਂ ਵੀ ਉਸ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ ਕਵਤਾ ਵੀ ਉਹਨਾਂ ਨੇ ਕੁਝ ਕਵਤਾ ਵੀ ਲਿਖੀ ਕਵਤਾ ਵੀ ਸਮਝੀ ਕਵਤਾ ਬਾਰੇ ਵੀ ਉਹਨਾਂ ਨੇ ਲੋਚਨਾ ਕੀਤੀ ਪਰ ਕਵਤਾ ਦੇ ਵਿੱਚ ਉਹਨਾਂ ਨੇ ਕੋਈ ਬਹੁਤ ਜ਼ਿਆਦਾ ਉਹਨਾਂ ਨੂੰ ਮਹਾਰਤ ਨਹੀਂ ਸੀ ਉਹ ਸਮਝਦੇ ਸੀ ਕਿ ਜਿਹੜੀ ਕਵਤਾ ਆ ਉਹਦੇ ਵਿੱਚ ਅਸੀਂ ਆਪਣੀ ਮਾਨਸਿਕ ਜਿਹੜੀ ਤ੍ਰਿਪਤੀ ਆ ਕਵਤਾ ਰਾਹੀਂ ਵੀ ਕਰ ਸਕਦੇ ਹਾਂ ਆਪਣੀ ਸਾਇਹਤਿਕ ਤ੍ਰਿਪਤੀ ਕਰ ਸਕਦੇ ਹਾਂ ਤੇ ਕਲਾ ਨੂੰ ਵੈਸੇ ਵੀ ਸਾਇਹਤ ਸਮਾਜ ਨੂੰ ਸਮਝਣ ਦੇ ਵਿੱਚ ਸਹਾਇਕ ਮੰਨਦੇ ਸੀਗੇ ਪੰਜਾਬੀ ਆਲੋਚਨਾ ਦੇ ਵਿੱਚ ਸੰਤ ਸਿੰਘ ਸੇਖੋਂ ਦਾ ਬੜਾ ਮਹੱਤਵਪੂਰਨ ਯੋਗਦਾਨ ਆ। ਉਹਨਾਂ ਦੇ ਆਉਣ ਨਾਲ ਪੰਜਾਬੀ ਆਲੋਚਨਾ ਦੇ ਵਿੱਚ ਪੱਛਮੀ ਜਿਹੜੇ ਸੰਕਲਪ ਸੀਗੇ, ਵੈਸਟਰਨ ਦੇ ਜਿਹੜੇ ਕਨਸੈਪਟ ਸੀਗੇ ਉਹ ਆਏ। ਉਹਨਾਂ ਨੇ ਪ੍ਰਗਤੀਵਾਦੀ, ਮਾਰਕਸਵਾਦੀ ਆਲੋਚਨਾ ਜਿਹੜੀ ਆ ਉਹਦਾ ਆਰੰਭ ਕੀਤਾ। ਜਿਸ ਤੇ ਵਿੱਚ ਉਹਨਾਂ ਨੇ ਜਿਹੜੀ ਇੱਕ ਅਸੀਂ ਕਹਿ ਸਕਦੇ ਹਾਂ ਵੀ ਸਮਾਜ ਜਿਹੜਾ ਸਾਡਾ ਦੋ ਧੜਿਆਂ 'ਚ ਵੰਡਿਆ ਸਮਾਜ ਜਿਹੜਾ ਆ ਉਹਦੇ ਵਿੱਚ ਉਹਨਾਂ ਨੇ ਸ਼ੋਸ਼ਿਤ ਅਤੇ ਸ਼ੋਸ਼ਕ ਲੋਕ ਜਿਹੜੇ ਆ ਉਹਨਾਂ ਨੂੰ ਇੱਕ ਵੇਤੇ ਰੱਖ ਕੇ ਉਹਨਾਂ ਨੇ ਅਲੋਚਨਾ ਦਾ ਕੀਤੀ ਕਹਾਣੀਆਂ ਦੀ ਨਾਵਲਾਂ ਦੀ ਜਾਂ ਜੋ ਵੀ ਉਹਨਾਂ ਦੀ ਦ੍ਰਿਸ਼ਟੀ ਸੀਗੀ ਉਹ ਮਾਰਕਸਵਾਦ ਤੋਂ ਪ੍ਰੇਰਿਤ ਸੀਗੀ ਉਹ ਸਾਹਿਦ ਨੂੰ ਸਮਾਜ ਦਾ ਇਹੋ ਜਿਹਾ ਇੱਕ ਅੰਗ ਮੰਨਦੇ ਸਨ ਜਿਹੜਾ ਸਮਾਜ ਨੂੰ ਦਿਸ਼ਾ ਦਿੰਦਾ ਹੈ ਸਮਾਜ ਨੂੰ ਅੱਗੇ ਲੈ ਜਾਂਦਾ ਹੈ ਤੇ ਉਹਨਾਂ ਨੇ ਬਹੁਤ ਸਰੀਆਂ ਆਪਣੀਆਂ ਸਾਹਿਤਿਕ ਰਚਨਾਵਾਂ ਦੇ ਵਿੱਚ ਕਾਸ ਕਰਕੇ ਜਿਹੜਾ ਉਹ ਆਲੋਚਨਾਤਮਕ ਨਜ਼ਰੀਆ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਸਧਾਰਨ ਮਨੁੱਖ ਦੀ ਜੋ ਹੋਂਦ ਆ ਉਹਦੇ ਬਾਰੇ ਵੀ ਗੱਲ ਕੀਤੀ ਹੈ ਤੇ ਉਹਨਾਂ ਨੇ ਬਹੁਤ ਸਾਰੇ ਨਵੇਂ ਜਿਹੜੇ ਸਾਹਿਤਿਕ ਸਾਡੇ ਸੰਕਲਪ ਨੇ ਸਾਹਿਤਿਕ ਸਾਡੀਆਂ ਅਸ਼ਾਸਤਰ ਨੇ ਉਹਨਾਂ ਨੂੰ ਵੀ ਪੰਜਾਬੀ ਸਾਹਿਤ ਦਾ ਹਿੱਸਾ ਬਣਾਇਆ ਉਹਦਾ ਨਾਵਲ ਸੀ ਲਹੂ ਮਿੱਟੀ ਪਹਿਲਾ ਨਾਵਲ ਸੀ ਜਿਹੜਾ ਗਰੀਬ ਕਿਸਾਨ ਦੀ ਸਮੱਸਿਆ ਦੱਸਦਾ ਤੇ ਉਹ ਗਰੀਬ ਕਿਸਾਨ ਵੱਲੋਂ ਆਪਣੀ ਜ਼ਮੀਨ ਦੇ ਵਿੱਚ ਹੋਰ ਜ਼ਮੀਨ ਦੀ ਕਿਦਾਂ ਉਹ ਸਾਮ ਸਭਾਲ ਕਰਦਾ ਹੈ ਦੀ ਜਾਣਕਾਰੀ ਆ ਬਾਬਾ ਸਮਾਨ ਨਾਮ ਦਾ ਇੱਕ ਨਾਵਲ ਹੈ ਜਿਹੜਾ ਕਿ ਸੇਵਾ ਸਿੰਘ ਨਾਮ ਦੇ ਇੱਕ ਨਾਇਕ ਦੇ ਨਾਲ ਸੰਬੰਧਿਤ ਆ ਜਿਹੜਾ ਕਿ ਅਮਰੀਕਾ ਜਾ ਕੇ ਮਜ਼ਦੂਰੀ ਕਰਦਾ ਆ ਤੇ ਗਦਰ ਪਾਰਟੀ ਦਾ ਮੈਂਬਰ ਬਣ ਕੇ ਫਿਰ ਆਪਣੇ ਪਿੰਡ ਵਾਪਸ ਆਉਂਦਾ ਹੈ ਹੁੰਦੇ ਕਹਾਣੀ ਸੰਗ੍ਰਹਿ ਕਾਮੇ ਤੇ ਯੋਧੇ ਸਮਾਚਾਰ ਬਰਾਦਰੀ ਅੱਧੀ ਪਾਠ ਤੀਜਾ ਪੈਰ ਸਿਆਣਪ ਇਕਾਂਗੀ ਹੈਗੀ ਹੈ 6 ਘਰ ਤਪਿਆ ਕਿਉਂ ਖਪਿਆ ਨਾਟ ਸੁਨੇਹ ਸੁੰਦਰਪਦ ਵਿਉਹਲੀ ਬਾਬਾ ਬੋੜ ਨਾਟਕ ਲਿਖੇ ਭੂਮੀਦਾਨ ਕਲਾਕਾਰ ਨਾਲ ਦਮਯੰਤੀ ਨਾਰਕੀ ਤੇ ਆਪ ਦੇ ਇਤਹਾਸਕ ਨਾਟਕ ਹੈ ਮੋਇਆ ਸਰਨਕਾਈ ਬੀੜਾ ਬੰਦਨ ਸਕਿਓ ਵਾਰਸ ਬੰਦਾ ਬਹਾਦਰ ਵੱਡਾ ਕੱਲੂ ਕਾਰਾ ਬਿੱਤਰ ਪਿਆਰਾ ਖੋਜ ਤੇ ਲੋਚਨਾ ਦੀਆਂ ਪੁਸਤਕਾਂ ਵੀ ਲਿਖੀਆਂ ਤੇ ਉਹਨਾਂ ਨੇ ਟ੍ਰਾਂਸਲੇਸ਼ਨ ਵੀ ਕੀਤੀ ਉਹਨਾਂ ਨੂੰ ਸਨਮਾਨ ਕਾਫੀ ਸੰਸਥਾਵਾਂ ਵੱਲੋਂ ਮਿਲੇ ਪੰਜਾਬੀ ਲੇਖਕ ਸਬ ਜਿਹੜਾ ਦਾ ਸਨਮਾਨ ਪੰਜਾਬ ਸਰਕਾਰ ਵੱਲੋਂ 65 ਦੇ ਵਿੱਚ ਮਿਲਿਆ ਭਾਰਤੀ ਸਹਿਤ ਕਾਦਮੀ ਪੁਰਸਕਾਰ ਮਿੱਤਰ ਪਿਆਰੇ ਨਾਟਕ ਲਈ 1972 ਚ ਮਿਲਿਆ ਪਦਮ ਸ਼੍ਰੀ ਪੁਰਸਕਾਰ 1987 ਚ ਮਿਲਿਆ ਭਾਰਤੀ ਪ੍ਰੇਸ਼ਦ ਪੁਰਸਕਾਰ ਕਲਕੱਤਾ ਤੋਂ 1999 ਚ ਮਿਲਿਆ ਡੀ ਲਿਟ ਦੀ ਆਨਰਡ ਡਿਗਰੀ 1991 ਚ ਮਿਲੀ ਲਾਈਫ ਫੈਲੋਸ਼ਿਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਿਲੀ ਪ੍ਰੋਫੈਸਰ ਆਫ ਐਮਿਨਸ ਪ੍ਰੋਫੈਸਰ ਐਮਬਟਰਸ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਆਪ ਨੂੰ ਫੈਲੋਸ਼ਿਪ ਮਿਲੀ ਆਪਣੇ ਜੀਵਨ ਕਾਲ ਚੋ ਭਾਰਤੀ ਸਹਿਤਕ ਅਕਾਡਮੀ ਨਵੀਂ ਦਿੱਲੀ ਜਨਰਲ ਕੌਂਸਲ ਦੇ ਮੈਂਬਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਰਹੇ ਤੇ ਪੰਜਾਬੀ ਸਾਹਿਤਕ ਆਦਮੀ ਲੁਧਿਆਣਾ ਜਿਹੜੀ ਆ ਉਹਦੇ ਵੀ ਮੀਤ ਪ੍ਰਧਾਨ ਰਹੇ ਕਹਿੰਦਾ ਭਾਵ ਕਿ ਅਸੀਂ ਸਨ ਸਿੰਘ ਸੇਖੋਂ ਦੇ ਜੀਵਨ ਨੂੰ ਜੇਕਰ ਅਸੀਂ ਦੇਖੀਏ ਤਾਂ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਬੜਾ ਹੀ ਨਿਗਰ ਯੋਗਦਾਨ ਹੈ ਨਾਟਕ ਦੇ ਖੇਤਰ 'ਚ ਆਲੋਚਨਾ ਦੇ ਖੇਤਰ 'ਚ ਕਹਾਣੀ ਦੇ ਖੇਤਰ 'ਚ